ਜਨ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਟ੍ਰੈਫਿਕ ਨਿਯਮਾਂ ਮੁਤਾਬਕ ਸੜਕ ਸੁਰੱਖਿਆ ਲਈ ਦੋ ਪਹੀਆ ਵਾਹਨ ਦੀ ਸਵਾਰੀ ਵੇਲੇ ਹੈਲਮਟ ਪਾਉਣਾ ਲਾਜ਼ਮੀ ਹੈ। ਕੁਝ ਸਿੱਖ ਜਥੇਬੰਦੀਆਂ ਦਾ ਇਤਰਾਜ਼ ਰਿਹਾ ਹੈ ਕਿ ਹੈਲਮਟ ਪਾਉਣਾ ਉਹਨਾਂ ਦੇ ਧਾਰਮਿਕ ਅਕੀਦਿਆਂ ਨਾਲ ਮੇਲ ਨਹੀਂ ਖਾਂਦਾ। ਨਤੀਜੇ ਵਜੋਂ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਰਿਆਇਤ ਦੇਣ ਦਾ ਕਾਨੂੰਨੀ ਇੰਤਜ਼ਾਮ ਕੀਤਾ ਗਿਆ ਹੈ। ਹੁਣ ਇੱਕ ਵਾਰ ਮੁੜ ਕੇ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸੜਕ ਸੁਰੱਖਿਆ ਨੂੰ ਸ਼ਹਿਰੀਆਂ ਦੀ ਸੁਰੱਖਿਆ ਦਾ ਅਹਿਮ ਤੱਤ ਮੰਨਿਆ ਜਾਂਦਾ ਹੈ। ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਣਾਏ ਗਏ ਕਾਇਦੇ ਕਾਨੂੰਨ ਵਿੱਚ ਦੋ ਪਹੀਆ ਵਾਹਨਾਂ ਦੀ ਸਵਾਰੀ ਲਈ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਸੀ। ਕੁਝ ਸਿੱਖ ਜਥੇਬੰਦੀਆਂ ਦਾ ਇਤਰਾਜ਼ ਰਿਹਾ ਕਿ ਹੈਲਮਟ ਪਾਉਣਾ ਉਹਨਾਂ ਦੇ ਧਾਰਮਿਕ ਅਕੀਦਿਆਂ ਨਾਲ ਮੇਲ ਨਹੀਂ ਖਾਂਦਾ, ਸੋ ਸਿੱਖ ਬੀਬੀਆਂ ਹੈਲਮਟ ਨਹੀਂ ਪਾਉਣਗੀਆਂ। ਇਨ੍ਹਾਂ ਜਥੇਬੰਦੀਆਂ ਦੇ ਦਬਾਅ ਹੇਠ ਚੰਡੀਗੜ੍ਹ ਪ੍ਰਸ਼ਾਸਨ ਅਤੇ ਦਿੱਲੀ ਸਰਕਾਰ ਨੇ ਬੀਬੀਆਂ ਲਈ ਹੈਲਮਟ ਪਾਉਣ ਦਾ ਫੈਸਲਾ ਉਹਨਾਂ ਦੀ ਮਰਜ਼ੀ ਉੱਤੇ ਛੱਡ ਦਿੱਤਾ ਸੀ। ਇਸ ਤਰ੍ਹਾਂ ਬੀਬੀਆਂ ਲਈ ਹੈਲਮਟ ਪਾਉਣਾ ਕਾਨੂੰਨੀ ਮਜਬੂਰੀ ਨਾ ਹੋ ਕੇ ਉਹਨਾਂ ਦੀ ਪਸੰਦ ਜਾਂ ਨਾ ਪਸੰਦ ਹੋ ਗਿਆ। ਸੜਕ ਹਾਦਸਿਆਂ ਵਿੱਚ ਸਿਰ ਦੀਆਂ ਸੱਟਾਂ ਮਾਰੂ ਸਾਬਤ ਹੁੰਦੀਆਂ ਨੇ ਅਤੇ ਇਸ ਲਈ ਹੈਲਮਟ ਪਾਉਣ ਦੀ ਸਲਾਹ ਲਗਾਤਾਰ ਦਿੱਤੀ ਜਾਂਦੀ ਹੈ। ਦਿੱਲੀ ਦੇ ਟਰਾਂਸਪੋਰਟ ਮਹਿਕਮੇ ਨੇ ਪਿਛਲੇ ਦਿਨਾਂ ਵਿੱਚ ਦਿੱਲੀ ਹਾਈ ਕੋਰਟ ਨੂੰ ਲਿਖ ਕੇ ਦਿੱਤਾ ਸੀ ਕਿ ਬੀਬੀਆਂ ਲਈ ਹੈਲਮਟ ਲਾਜ਼ਮੀ ਕਰਨ ਲਈ ਲੋੜੀਂਦੀਆਂ ਕਾਨੂੰਨੀ ਤਬਦੀਲੀਆਂ ਲਈ ਮਹਿਕਮਾ ਤਿਆਰ ਹੈ। ਦਿੱਲੀ ਸਰਕਾਰ ਨੇ ਟਰਾਂਸਪੋਰਟ ਮਹਿਕਮੇ ਨਾਲ ਅਸਹਿਮਤੀ ਪ੍ਰਗਟ ਕੀਤੀ ਸੀ ਤੇ ਬੀਬੀਆਂ ਨੂੰ ਹੈਲਮਟ ਤੋਂ ਛੋਟ ਜਾਰੀ ਰੱਖਣ ਦੀ ਗੱਲ ਕੀਤੀ ਸੀ। ਇਸ ਦੌਰਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਤੱਕ ਪਹੁੰਚ ਕਰਕੇ ਪੁੱਛਿਆ ਹੈ ਕਿ ਕੀ ਸੁਰੱਖਿਆ ਲਈ ਸਿੱਖ ਬੀਬੀਆਂ ਹੈਲਮਟ ਪਾ ਸਕਦੀਆਂ ਨੇ ਜਾਂ ਨਹੀਂ। ਸੜਕ ਸੁਰੱਖਿਆ ਨਾਲ ਜੁੜੇ ਅਦਾਰਿਆਂ ਅਤੇ ਜਥੇਬੰਦੀਆਂ ਦੀ ਦਲੀਲ ਹੈ ਕਿ ਮਨੁੱਖੀ ਜਾਨ ਸਭ ਤੋਂ ਅਹਿਮ ਹੈ ਅਤੇ ਉਸ ਦੀ ਰਾਖੀ ਲਈ ਹੈਲਮਟ ਪਾਇਆ ਜਾਣਾ ਚਾਹੀਦਾ ਹੈ। ਧਾਰਮਿਕ ਅਕੀਦਿਆਂ ਦਾ ਮਨੁੱਖ ਦੀ ਜਾਨ ਨੂੰ ਬਣੇ ਖਦਸ਼ਿਆਂ ਨਾਲ ਕੀ ਸੰਬੰਧ ਹੋਣਾ ਚਾਹੀਦਾ ਹੈ? ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੈਲਮਟ ਕਿੰਨਾ ਕੁ ਜ਼ਰੂਰੀ ਹੈ? ਕੀ ਰਿਆਇਤਾਂ ਕਾਨੂੰਨੀ ਘੇਰੇ ਵਿੱਚ ਹੀ ਦਿੱਤੀਆਂ ਜਾ ਸਕਦੀਆਂ ਨੇ ਜਾਂ ਇਹਨਾਂ ਦੀ ਸੰਭਾਵਨਾ ਧਾਰਮਿਕ ਅਕੀਦਿਆਂ ਵਿੱਚ ਵੀ ਹੁੰਦੀ ਹੈ? ਇਹਨਾਂ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਜਿੰਦਰ ਕੌਰ, ਜੋ ਚੰਡੀਗੜ੍ਹ ਦੀ ਸਾਬਕਾ ਮੇਅਰ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਨੇ, ਗਗਨਜੀਤ ਕੌਰ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ, ਅਮਨਦੀਪ ਕੌਰ ਜੋ ਅੰਗਰੇਜ਼ੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੋਜ ਕਰਦੇ ਨੇ, ਹਰਮਨ ਸਿੱਧੂ ਜੋ ਅਰਾਈਵ ਸੇਫ ਨਾਂ ਦੀ ਜਥੇਬੰਦੀ ਦੇ ਆਗੂ ਨੇ, ਤੇ ਅੰਤਰਪ੍ਰੀਤ ਕੌਰ ਜੋ ਫਿਜ਼ਿਕਸ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਵਿੱਚ ਖੋਜ ਕਰਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ ਵਿੱਚ ਸਵਾਗਤ ਹੈ। ਹਰਜਿੰਦਰ ਜੀ, ਮੈਂ ਤੁਹਾਤੋਂ ਸ਼ੁਰੂ ਕਰਾਂਗਾ। ਜਿਹੜਾ ਹੈਲਮਟ ਦਾ ਮਸਲਾ ਹੈ, ਬੀਬੀਆਂ ਪਾਉਣਗੀਆਂ ਜਾਂ ਨਹੀਂ ਪਾਉਣਗੀਆਂ, ਉਹਦੇ ਮਾਮਲੇ ਦੇ ਵਿੱਚ ਤੁਸੀਂ ਲਗਾਤਾਰ ਸਰਗਰਮ ਰਹੇ ਹੋ ਤੇ ਗੱਲਬਾਤ ਕਰਦੇ ਰਹੇ ਹੋ, ਤੁਹਾਡੀ ਕੀ ਦਲੀਲ ਹੈ ਇਸ ਮੁੱਦੇ ਉੱਤੇ? ਇਹਦੇ ਲਈ ਮੈਂ ਬਿਲਕੁਲ ਸਪਸ਼ਟ ਹਾਂ ਕਿ ਜਿੱਥੋਂ ਤੱਕ ਤੁਸੀਂ ਧਾਰਮਿਕ ਅਕੀਦੇ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਸੇਫਟੀ ਰੂਲਸ ਦੀ ਗੱਲ ਹੈ, ਇਹ ਦੋਨੋਂ ਅੱਡ ਅੱਡ ਗੱਲਾਂ ਨੇ ਤੇ ਮੈਂ ਦੋਨਾਂ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਮਝਦੀ ਹਾਂ। ਜਿੱਥੋਂ ਤੱਕ ਸਿੱਖ ਧਰਮ ਦੀ ਗੱਲ ਹੈ, ਉਹਦੇ ਵਿੱਚ ਜੇ ਹਿਸਟੋਰਿਕ ਪਰਸਪੈਕਟਿਵ ਵਿੱਚ ਵੇਖਿਆ ਜਾਵੇ ਤੇ ਇਸ ਦੇਸ਼ ਦੇ ਇਤਿਹਾਸ ਨੂੰ ਵੇਖਿਆ ਜਾਵੇ ਜਿਹੜਾ ਕਿ ਗੁਲਾਮੀ ਦੇ ਲੰਬੇ ਦੌਰ ਚੋਂ ਨਿਕਲਿਆ, ਉਦੋਂ ਟੋਪੀ ਨੂੰ ਇੱਕ ਗੁਲਾਮੀ ਦਾ ਸਿੰਬਲ ਕਰਾਰ ਦਿੱਤਾ ਹੋਇਆ ਸੀ ਤੇ ਉਹ ਸਮਾਂ ਸੀ ਜਦੋਂ ਕਿ ਸਿੱਖ ਰਵਾਇਤਾਂ ਦੇ ਅੰਦਰ ਹਿਊਮਨ ਰਾਈਟਸ ਇਸ ਧਰਤੀ ਤੇ ਐਸਟੈਬਲਿਸ਼ ਹੋਇਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਬੜੇ ਸਾਰੇ ਜ਼ਬਰ ਜ਼ੁਲਮ ਚੋਂ ਕੱਢ ਕੇ ਪ੍ਰੈਕਟੀਕਲ ਲਿਵਿੰਗ ਦਾ ਇੱਕ ਤਰੀਕਾ ਦਿੱਤਾ ਸੀ ਤੇ 10 ਜਾਮਿਆਂ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜਿਆ ਸੀ, ਉਹ ਅਸਲੀ ਮਾਨਿਆਂ ਵਿੱਚ ਸਰਬੱਤ ਦੇ ਭਲੇ ਲਈ ਸੀ, ਹਿਊਮੈਨਿਟੀ ਦੀ ਰਾਖੀ ਦੇ ਲਈ ਸੀਗੀ। ਪਰ ਖੂਬਸੂਰਤੀ ਇਹ ਨਿਕਲੀ ਕਿ ਜਦੋਂ ਅਸੀਂ ਹਰ ਤਰ੍ਹਾਂ ਅਸਮਰਥ ਰਹੇ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਲਈ ਵੀ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਲੇ ਸਿੰਘ ਰਾਤ ਦੇ 12 ਵਜੇ ਜਾ ਕੇ ਇਸ ਧਰਤੀ ਦੀਆਂ ਧੀਆਂ ਨੂੰ ਗਜ਼ਨੀ ਦੇ ਦਰਬਾਰ ਚੋਂ ਮੋੜ ਕੇ ਲਿਆਂਦੇ ਰਹੇ, ਜਿਹੜੀਆਂ ਕਿ ਟੱਕੇ ਟੱਕੇ ਤੇ ਜਿਨ੍ਹਾਂ ਦਾ ਮੁੱਲ ਪੈ ਕੇ ਅਸੀਂ ਆਪਣੀਆਂ ਧੀਆਂ ਭੈਣ ਦੀ ਇੱਜ਼ਤ ਬਚਾਉਣ ਦੇ ਸਮਰੱਥ ਨਹੀਂ ਹੋ ਸਕੇ ਸੀ। ਇਤਿਹਾਸ ਦਾ ਇਹ ਸਾਰਾ ਪੈਰ ਇੰਨਾ ਖੂਬਸੂਰਤ ਸੀ ਕਿ ਕੁਝ ਚੀਜ਼ਾਂ ਸਿੰਬਲ ਬਣ ਕੇ ਸਾਡੇ ਸਾਹਮਣੇ ਆ ਗਈਆਂ, ਕਿਉਂਕਿ ਦਸਤਾਰ ਸਿੱਖ ਦੀ ਪਛਾਣ ਸੀ ਤੇ ਕਿਉਂਕਿ ਪੰਜ ਕਕਾਰਾਂ ਦੇ ਵਿੱਚ ਇਸ ਦੀ ਸ਼ਮੂਲੀਅਤ ਹੋਣ ਦੇ ਨਾਲ ਇਹ ਇੱਕ ਇਹੋ ਜਿਹਾ ਸਿੰਬਲ ਬਣਿਆ ਜਿਹਨੂੰ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਦੀ ਪਛਾਣ ਨੂੰ ਇੱਕ ਆਈਡੀਅਲ ਹਿਊਮਨ ਬੀਂਗ ਦੇ ਰੂਪ ਵਿੱਚ ਕਿਸੇ ਦੀ ਇੱਜ਼ਤ ਦਾ ਰਾਖਾ, ਦੇਸ਼ ਕੌਮ ਦਾ ਰਾਖਾ ਬਣ ਕੇ ਉਭਰਿਆ ਤੇ ਸਮਾਂ ਇਹੋ ਜਿਹਾ ਕਿ ਅੰਗਰੇਜ਼ ਸ਼ਾਸਨ ਦੇ ਦੌਰਾਨ ਵੀ ਤੁਸੀਂ ਵੇਖਿਆ ਹੋਣਾ ਕਿ ਸਿੱਖ ਕੌਮ ਨੂੰ ਸਤਿਕਾਰ ਮਿਲਿਆ ਉਹਨਾਂ ਦੇ ਕਿਰਦਾਰ ਕਰਕੇ ਜਿਹੜਾ ਉਹਨਾਂ ਨੇ ਸੁਸਾਇਟੀ ਦੇ ਵਿੱਚ ਜਿਹੜਾ ਉਹਨਾਂ ਨੇ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਜੋ ਮਨੁੱਖਤਾ ਦੇ ਪ੍ਰਤੀ ਆਪਣਾ ਫਰਜ਼ ਨਿਭਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਇੱਥੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨਾ ਕੀਤਾ ਸੀ, ਕਿਹਾ ਸੀ ਦਇਆ ਕਪਾਹ ਸੰਤੋਖ ਸੁਧ ਜਤ ਗੰਢੀ ਸਤਵਟੇ ਜਨੇਊ ਜੀ ਕਾ। ਸੀਸ ਦੇ ਕੇ ਦੁਨੀਆਂ ਦੇ ਉੱਪਰ ਹਿਊਮਨ ਰਾਈਟਸ ਨੂੰ ਐਸਟੈਬਲਿਸ਼ ਕੀਤਾ ਕਿ ਜੇ ਜਨੇਊ ਪਾਉਣਾ ਕਿਸੇ ਦੇ ਧਾਰਮਿਕ ਅਕੀਦੇ ਦੀ ਗੱਲ ਹੈ ਤੇ ਰਾਈਟ ਟੂ ਰਿਲੀਜੀਅਸ ਫਰੀਡਮ ਇਜ਼ ਆਰ ਫੰਡਾਮੈਂਟਲ ਰਾਈਟ, ਅਸੀਂ ਇਸ ਨੂੰ ਦੇਣਾ ਹੈ। ਅੱਜ ਮੈਂ ਸਮਝਦੀ ਹਾਂ ਅੱਜ ਇਹ ਮਸਲਾ ਸੰਜੀਦਾ ਇਸ ਲਈ ਵੀ ਹੋ ਗਿਆ ਕਿਉਂਕਿ ਅੱਜ ਟ੍ਰੈਫਿਕ ਬਹੁਤ ਵੱਧ ਗਿਆ, ਅੱਜ ਦੇ ਦਿਨ ਫੇਟਲ ਐਕਸੀਡੈਂਟ ਬਹੁਤ ਹੋ ਰਹੇ ਨੇ ਤੇ ਉਹਦੇ ਬਹੁਤ ਸਾਰੇ ਰੀਜ਼ਨਸ ਨੇ ਜਿਹਦੇ ਵਿੱਚ ਹੈਡਗੇਅਰ ਵੀ ਇੱਕ ਰੀਜ਼ਨ ਹੈ। ਪਰ ਮੈਂ ਸਮਝਦੀ ਹਾਂ ਜਿਸ ਦੇਸ਼ ਦਾ ਇਤਿਹਾਸ ਇੱਕ ਕੌਮ ਦੇ ਨਾਲ ਇਸ ਤਰ੍ਹਾਂ ਜੁੜਿਆ ਹੋਵੇ ਕਿ ਉਹ ਹਮੇਸ਼ਾ ਹੀ ਦੇਸ਼ ਦੇ
ते मनुखता दे राखे बन के उभरे होण ते उहो जी कोई दूसरी मिसाल ही ना होवे उत्थे एक डायलॉग लई उठना पएगा सानू इम्पोज नहीं कर सकदे तुसी क्योंकि तुसी फंडामेंटल कॉन्स्टिट्यूशन दे विच एक फंडामेंटल राइट है राइट टू रिलीजियस फ्रीडम अज डायलॉग करना पवेगा जे अंग्रेज सरकार ने सिख होण दे नाते तुहाडी दस्तार नूं हेडगियर मंनदिया होया तुहानूं हेलमेट पाउण तों सैकंड वर्ल्ड वार विच छोट दे दित्ती एक रीजन है और मैं समझदी हां कि दस्तार भी थोड़े हेडगियर दा काम करदी है बिल्कुल करदी है जो हेलमेट करदी है वो भी कर रहा है रही बीबियां दी गल इत्थे सवाल आ जांदा बीबियां दी गल ते मैनूं लगदा है कि अज सानूं कुछ प्लान करना पवेगा पर ये प्लान करन लई मिलके बैठना पवेगा धार्मिक आगुआं नाल भी क्योंकि आस्था इतिहास साडा सारा पिछोकड़ जिहड़ा इत्थे नाल जुड़िया होया मैं तुहानूं याद दिवा दवां तुसीं वेखो चंडीगढ़ तों बाहर जदों तुसीं अगे जाओगे सड़क दे उपर तुसी जड़ा ओ बनी है मुस्लिम मॉस्क बनी है लुधियाने दे विच तुसी बनी है आज ओ ट्रैफिक दा एक बहुत वड्डा कंजेशन दा रीजन बनिया होया पर आपां धार्मिक आस्था नूं वेखदे होए आ उहनूं डिसमेंटल नहीं करदे आ बट एक दिन आएगा थोनू कोई विचारा बन के उन्हां लोगां नूं भी समझाउणा होएगा ते मैं समझदा कि अज समां इह आ गया कि साडे धार्मिक आगू भी बैठ के कोई हैडगियर डिजाइन हो सकदा है इहो जिहा जिहड़ा कि धार्मिक सेंटीमेंट्स ਨੂੰ ਵੀ ਪ੍ਰੋਟੈਕਟ ਕਰ ਸਕੇ ਤੇ ਐਟ ਦਾ ਸੇਮ ਟਾਈਮ ਤੁਹਾਡੀ ਪ੍ਰੋਟੈਕਸ਼ਨ ਵੀ ਐਜ਼ ਹੈਡਗੇਟ ਤੁਹਾਡਾ ਨੁਕਤਾ ਹਾਂਜੀ ਗਗਨ ਜਿਹੜਾ ਇਸ ਦਾ ਕਾਨੂੰਨੀ ਨੁਕਤੇ ਨਜ਼ਰ ਤੋਂ ਜਾਂ ਅਦਰਵਾਈਜ਼ ਤੁਸੀਂ ਕੀ ਸੋਚਦੇ ਇਸ ਮੁੱਦੇ ਬਾਰੇ ਇਸ ਮੁੱਦੇ ਨੂੰ ਮੈਂ ਕਾਨੂੰਨੀ ਤੇ ਧਾਰਮਿਕ ਦੋਨਾਂ ਨਾਲ ਜੋੜਦੇ ਹੋਏ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਹੈ ਕਿ ਫੰਡਾਮੈਂਟਲ ਰਾਈਟ ਹੈ ਫਰੀਡਮ ਟੂ ਰਿਲੀਜਨ ਦਾ ਉਸ ਦੇ ਵਿੱਚ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਕੋਈ ਵੀ ਬੰਦਾ ਆਪਣਾ ਧਾਰਮਿਕ ਹੈ ਉਹ अपना सकता है उसनों अपना धर्म अपना सकता है उसके तौर तरीके अपने हिसाब नाल कर सकता है बट सब्जेक्ट टू सम रिस्ट्रिक्शन उहदे विच तीन गल्लां आ जांदियां ने पब्लिक ऑर्डर आ जांदा है मोरैलिटी आ जांदा है ते उस दे नाल हैल्थ जिहड़ा हैल्थ इसनों रखदे होए अगो मोटर व्हीकल्स एक्ट बनता है जिहदे विच इह गल कीती हुई है कि उहदा सैक्शन 129 कहिंदा है कि हर जिहड़ा पब्लिक प्लेस ते कोई भी टू व्हीलर व्हीकल चलांदा है उहनूं हैडगेयर पहनना पवेगा उहदे विच सिखां दे धार्मिक अकीदे नूं ख्याल विच रखदे होए उन्होंने कहा उस सिख नूं छोट है जिहड़ा कि टर्बन बनता है जिहड़ा सिख टर्बन बनता है सिख दे विच सिख जेंटलमैन भी हो सकदा है सिख वूमैन भी हो सकदी है जे सिख वूमैन दस्तार वाली है तो उसनूं हैलमेट तो ऑटोमैटिकली छूट है बट असीं जदों प्रैक्टिकल देखदे हां किन्नियां सिख वूमैन ने दस्तार सजाई हुंदी है उस तों बाद जदों फिर गल आ जांदी है ह्यूमन जान की गल आ जाती है मनुखी जान की गल आ जाती है उहदे विच असीं डिफरेंशिएट नहीं कर सकते कि यह सिख रिलीजन की वूमैन है या यह हिंदू रिलीजन की वूमैन है दूजी गल जिहड़े कि सिख ने केस कटाए हुए हैं वह भी हैलमेट पहनते हैं उस मुद्दे ते क्यों नहीं आवाज उठती कि जिहड़े केसधारी सिख नहीं हैं उन्होंने हैलमेट तो उन्होंने भी छूट दी जानी चाहिए हाँ जी तुहाडा बिल्कुल स्पष्ट हो गया अमन तुसी उस एज ग्रुप दे विचों जिहदे बारे यह मसला बहुत अहम है यह मनिया जाता कि कुड़ियों की तरजीह यह है कि हैलमेट ना पाया जाए तो जदों इस किस्म का मौका आता तो एक सहूलत जा मतलब जिन्हों खुल मनी जाती तुसी की सोचते इस मुद्दे बारे ਜਿੱਥੋਂ ਤੱਕ ਮੇਰਾ ਖਿਆਲ ਹੈ ਜਿਸ ਏਜ ਗਰੁੱਪ ਨੂੰ ਜਿਸ ਯੂਥ ਨੂੰ ਮੈਂ ਬਿਲੋਂਗ ਕਰਦੀ ਹਾਂ ਜਾਂ ਇੱਥੇ ਰਿਪ੍ਰੈਜੈਂਟ ਕਰ ਰਹੀ ਹਾਂ ਉਹਨਾਂ ਦੀ ਸੋਚ ਆਈ ਥਿੰਕ ਉਸ ਧਰਮ ਨੂੰ ਉਸ ਢੰਗ ਨਾਲ ਲੈ ਕੇ ਨਹੀਂ ਚੱਲਦੇ ਆ ਠੀਕ ਹੈ ਸਿੱਖ ਹੋਣਾ ਮੇਰੇ ਵਾਸਤੇ ਇੱਕ ਗੈਟਅਪ ਹੋਣਾ ਇੱਕ ਸਿਰ 'ਤੇ ਦਸਤਾਰ ਸਜਾਉਣਾ ਉਹ ਸਿੱਖੀਜ਼ਮ ਮੇਰੇ ਵਾਸਤੇ ਨਹੀਂ ਹੈ ਸੋਰੀ ਟੂ ਸੇ ਬਟ ਮੇਰੇ ਵਾਸਤੇ ਸਿੱਖੀਜ਼ਮ ਦਾ ਮਤਲਬ ਰੱਬ ਵਾਸਤੇ ਇੱਕ ਪਿਆਰ ਰੱਬ ਵਾਸਤੇ ਰਿਸਪੈਕਟ ਰੱਬ 'ਤੇ ਵਿਸ਼ਵਾਸ ਉਹ ਤੁਹਾਡੇ ਦਿਲ 'ਚ ਹੋਣਾ ਚਾਹੀਦਾ ਹੈ ਜਿੱਥੋਂ ਤੱਕ ਹੈਲਮਟ ਦਾ ਸਵਾਲ ਹੈ ਹੈਲਮਟ ਇੱਕ ਸੇਫਟੀ ਵਾਸਤੇ ਹੈ ਇਨਸਾਨ ਦੀ ਔਰ ਸਿੱਖ ਧਰਮ ਸ਼ੁਰੂ ਤੋਂ ਹੀ ਇੱਕ ਸੈਕੂਲਰ ਇੱਕ ਲੈ ਕੇ ਚੱਲਦਾ ਉਹਨੂੰ ਕਿ ਤੁਸੀਂ ਜਿਵੇਂ ਸੰਗਤ ਪੰਗਤ ਦਾ ਹੈ ਉਹਦੇ ਵਿੱਚ ਹਰ ਇੱਕ ਧਰਮ ਦਾ ਹਰ ਇੱਕ ਲੋਅਰ ਕਾਸਟ ਅਪਰ ਕਾਸਟ ਦਾ ਬੰਦਾ ਬੈਠ ਕੇ ਲੰਗਰ ਛਕਦਾ ਉੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਇੱਕ ਸੈਕੂਲਰ ਸੋਚ ਰੱਖਦਾ ਸਿੱਖ ਰਿਲੀਜਨ ਦੀ ਆਈਡੀਓਲੋਜੀ ਵਿੱਚ ਇੱਕ ਸੈਕੂਲਰਿਜ਼ਮ ਆ ਜਾਂਦਾ ਹੈ ਠੀਕ ਹੈ ਫਿਰ ਮੈਨੂੰ ਲੱਗਦਾ ਕਿ ਸਿੱਖ ਕੁੜੀਆਂ ਨੂੰ ਅਗਰ ਪ੍ਰੋਬਲਮ ਹੋ ਰਹੀ ਹੈ ਹੈਲਮਟ ਪਾਉਣ ਤੋਂ ਤਾਂ ਉਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਨਾਂ ਦੀ ਸੇਫਟੀ ਵਾਸਤੇ ਹੈ ਕੋਈ ਵੀ ਧਰਮ ਮੇਰੇ ਖਿਆਲ 'ਚ ਇਹ ਨਹੀਂ ਕਹਿ ਸਕਦਾ ਕਿ ਕੋਈ ਹਰ ਇੱਕ ਧਰਮ ਇਨਸਾਨ ਦੀ ਸੇਫਟੀ ਦੇ ਨਾਲ ਕਿਤੇ ਨਾ ਕਿਤੇ ਬਿਲੋਂਗ ਕਰਦਾ ਹੈ ਇਨਸਾਨੀਅਤ ਇਨਸਾਨ ਦੀ ਸੇਫਟੀ ਹਿਊਮਨ ਬੀਇੰਗਸ ਦੀ ਸੇਫਟੀ ਮੇਨ ਆ ਹਰ ਇੱਕ ਰਿਲੀਜਨ ਵਾਸਤੇ ਹਾਂਜੀ ਹਰਮਨ ਤੁਸੀਂ ਲਗਾਤਾਰ ਜਿਹੜੇ ਸੜਕ ਸੁਰੱਖਿਆ ਦੇ ਮਸਲੇ ਦੇ ਉੱਤੇ ਲਗਾਤਾਰ ਬੋਲਦੇ ਰਹੇ ਹੋ ਤੇ ਲਗਾਤਾਰ ਸਰਗਰਮ ਰਹੇ ਹੋ ਤੁਸੀਂ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਮੈਂ ਸਭ ਤੋਂ ਪਹਿਲਾਂ ਇੱਕ WHO ਦੀ ਸਟੱਡੀ ਦਾ ਜ਼ਿਕਰ ਕਰਨਾ ਚਾਹਾਂਗਾ ਹਾਂਜੀ ਜਿਹਦੇ ਵਿੱਚ ਸਟੱਡੀ ਰਿਸਰਚ ਨਿਕਲ ਕੇ ਆਇਆ ਕਿ ਜਿਹੜੇ ਟੂ ਵੀਲਰ ਚਲਾਉਣ ਵਾਲੇ ਆ ਜੇ ਉਹਨਾਂ ਨੇ ਹੈਲਮਟ ਪਾਈ ਹੋਈ ਆ ਤਾਂ 40%
फटल एक्सीडेंट्स घटते हैं। हाँ जी, तो 70% हैड इंजरीज घट दी जी, एक बहुत बड़ा सिग्निफिकेंट नंबर है। हाँ जी, तो दूजा यह है कि क्योंकि हूँ जो दहाका चल रहा है जिदा मैं टैग पाया है, दिस इज डेकेड ऑफ एक्शन फॉर रोड सेफ्टी 2011 to 2020। सो ए अलग अलग देश अपने अपने तौर पर सड़क सुरक्षा से काम कर रहे हैं। हूँ देश है जिदा अपना युगेंडा है, वियतनाम है, कंबोडिया है, उत्थे हेलमेट एक वैक्सीन के तौर पर यूज किया जा रहा है, जिम्मे पोलियो की इतने वैक्सीन ड्रॉप्स देने हैं ताकि क्योंकि इन्ने ज्यादा लोग टू व्हीलर चला रहे हैं कि हेलमेट पाई जाए ताकि सुरक्षा हो। सो इदा ही जिदा मैडम हमने कह रहे थी, आप गल करते हैं अपने किदा सा रूप दिख रहा है इस वेले, वो चीज़ सैकेंडरी है जब आप गड्डी चला रहे हैं। वैसे भी जिन्या कुड़ियां घूम रही उन्होंने सारा सिर मुंह ढकया होंगे। मैं एमरजेंसी वार्ड जाता रहना अपने किसी सर्जरी लिए या किसी होर लिए, सो उत्थे देख के बहुत अफसोस होंगे जब पता लगता भी सिर के सट लगी हुई है तो डॉक्टर चुन्नी कढ़ रहे हैं। हेलमेट पा के सेफ रह सकते हैं तो क्यों नहीं। हाँ जी अंतरप्रीत, तुम भी उस एज ग्रुप में बिलोंग करते हो जिद सारे बड़ा मसला है क्योंकि स्कूटर के उत्ते बहुत ज़्यादा कुड़ियाँ चल दी ने, तुम इस मुद्दे पर की सोचते हो? सर मेरे अकॉर्डिंग मतलब रिलीजन ते सेफ्टी नू मिक्स नहीं करना चाहिए, क्योंकि एक तो यह है कि यह सिर्फ सिख बीबिया का ही क्यों मसला है, जदों की मेल्स उन्होंने वो हैलमेट पहन रहे, उन्होंने भी वाल कट्टे हुए ने वह पहन रहे हैं। एक पासे कहने कि कुड़ियों नू मुंडिया के बराबर का दर्जा दिता जाना चाहिए, पर जो सेफ्टी की गल आती है तो उदो कुड़ियों की सेफ्टी पिछे क्यों रखा जाना चाहिए। यह नहीं है कि अजकल बहुत सारा सिर्फ मेल्स ही व्हीकल चला रहे, ईवन की कुड़ियां उदू वध चला रही ने। रीसेंट मैं एक एक्सीडेंट इंसीडेंट देखा कि अमन की सिस्टर का उन्होंने खुद का एक्सीडेंट होया तो उन्होंने पर वो है कि उन्होंने गोडे से सट लगी, बट हूँ उन्होंने ये कि हाँ जे मतलब मैं हैलमेट पाया हों मतलब यह डर सीगा कि चलो सिर बच गया तो बाय चांस, पर हूँ उन्होंने सिर्फ इस डर वजो हैलमेट पाना शुरू कर दिता कि जे अगे तो इसनों रोकया जा सके। बट यह कि एक रीसेंट पिछले साल यूनिवर्सिटी के एक एक्सीडेंट होया सी कुड़ी दा, जस्ट स्लिप की सी बट हुण वो सिर दे विच सट लगन कारण वो बिल्कुल पैरालाइज्ड है, सिर्फ 2 मिनट की उन्होंने स्लिप हुई सी बारिश करके, तो हुण उन्होंने PhD विच रुक चुकी है, तो वह सारी जिंदगी लिए हुण मतलब बैड रस्ते। अमन मैं तुहानू एक गल पुछना चाहांगा, वो यह है कि भी हैलमेट पाना पसंद या ना पसंद का मसला है, कानूनी तौर के उत्ते ना पाने की भी मजबूरी नहीं, पाने की भी मजबूरी नहीं, फिर ज्यादातर कुड़ियां जिहड़ियां हैगियां खास तौर ते यूनिवर्सिटी चो हैलमेट क्यों नहीं पाउंदियां, की सोच काम करदी उहदे पिछे? सर मेरे ख्याल च पसंद ना पसंद का मसला उदों खड़ा होया जदों पसंद ना पसंद ते छड्ड दित्ता गया, जदों ये रूल्स बनते हैं रूल्स अगर मुंडियां ते लागू हो रहे कुड़ियां ते भी लागू कर दिते जाण तां पसंद ना पसंद का मसला खड़ा ही नहीं होगा। जिवें कि सर ने कहा कि कुड़ियां जदों ड्राइव करदियां उन्हां दे मूंह चुन्नी नाल ढके हुंदे आ, ठीक है, चुन्नी नाल मुंह ढक सकदियां तो हैलमेट नाल क्यों नहीं, सवाल यह है। हाँ जी गल तुसीं कुछ कहण लगे सी? नहीं मैं इन्हां दी गल नाल पूरी तरह सहमत हाँ, तो मैडम ने भी जिस तरह गल की है जिवें सिख जथेबंदी नूं रिप्रेजेंट करदे ने, इन्हां ने भी यह गल कही है कि हुण जरूरत है क्योंकि हालात बदल चुके ने, ट्रैफिक बहुत हो चुके, जस्ट उहदी इक हैडगेयर नूं इस शेप च ले आवे कि उह रिलीजन जिहड़ियां भावनावां ने उहनां नूं हर्ट ना करे। हाँ जी मैं तुहाडे कोल वापस आवांगा, हुण वेला हो गया एक छोटे जिहे ब्रेक का, ब्रेक तो बाद यह चर्चा जारी रहेगी।